ਅਸਲਾਮ ਅਲੈਕੁਮ ਦੋਸਤੋ, ਮੈਂ ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਅਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਮੇਰੇ ਕਿਸਾਨ ਵੀਰ ਭਰਾ ਬੈਕ ਸਾਈਡ 'ਤੇ ਬਿਲਾਸ ਟਰੈਕਟਰ ਅਤੇ ਉਹਦਾ ਜਿਹੜਾ ਮਾਲਕ ਹੈ ਨੂਰ ਬਾਈ ਉਹ ਮੇਰੇ ਨਾਲ ਮੌਜੂਦ ਨੇ ਅਤੇ ਅੱਜ ਸਪੈਸ਼ਲੀ ਜਨਾਬ ਰੂਸੀ ਦੇ ਬਾਰੇ ਮਲੂਮਾਤ ਲੈਂਦੇ ਹਾਂ ਵੀ ਇਹ ਟਰੈਕਟਰ ਬਾਕੀ ਕੰਪਨੀਆਂ ਨਾਲੋਂ ਕੈਸਾ ਹੈ, ਕਿੰਨਾ ਡੀਜ਼ਲ ਪੀਂਦਾ ਹੈ, ਕਿਸ ਤਰੀਕੇ ਚੱਲਦਾ ਹੈ ਅਤੇ ਨਾਲ ਹੀ ਆਲੂ ਦਾ ਡਿੱਗਰ ਹੈ ਉਹਦੇ ਪਿੱਛੇ ਉਹਦੀ ਪਰਫਾਰਮੈਂਸ ਤੁਹਾਨੂੰ ਵਿਖਾਵਾਂਗੇ। ਅਤੇ ਮੇਰਾ ਖਿਆਲ ਹੈ ਵੀ ਰੂਸੀ ਬੈਸਟ ਹੈ ਬਾਕੀ ਕੰਪਨੀਆਂ ਦੀ ਨਿਸਬਤ, ਜ਼ਾਤੀ ਰਾਏ। ਬਾਕੀ ਜਿਹੜੀ ਹੈ ਰਾਏ ਨੂਰ ਬਾਈ ਤੋਂ ਲੈਂਦੇ ਹਾਂ ਅਤੇ ਪੁੱਛਣੇ ਵੀ ਉਹਦਾ ਕੋਲ ਇਹ ਕਿਹੜਾ ਮਾਡਲ ਹੈ, ਕਿੰਨੇ ਅਰਸੇ ਤੂੰ ਚਲਾਉਂਦਾ ਪਿਆ ਹੈ। ਆਓ ਚਲੀਏ ਗੱਲ ਕਰੀਏ। ਸਾਹਮਣੇ ਵੀ ਚੈੱਕ ਕਰੋ ਜੀ, ਬਿਲਾਸ ਸ਼ਹਿਜ਼ਾਦਾ ਨਵਾਂ ਮਾਡਲ ਹੈ, ਜ਼ਬਰਦਸਤ ਜੀ। ਜੀ ਅਸਲਾਮ ਅਲੈਕੁਮ ਨੂਰ ਬਾਈ, ਕੀ ਹਾਲ ਹੈ? ਨੂਰ ਬਾਈ, ਰੂਸੀ ਟਰੈਕਟਰ ਕਿੰਨੇ ਅਰਸੇ ਤੋਂ ਚਲਾਉਂਦੇ ਪਏ ਹੋ? ਤਕਰੀਬਨ ਹੋ ਹੀ ਗਏ ਜੀ 5 ਸਾਲ। 5 ਸਾਲ, ਉਸ ਤੋਂ ਪਹਿਲਾਂ ਤੁਸੀਂ 640 ਚਲਾਉਂਦੇ ਆਏ ਜੀ। ਇਹ ਮੈਨੂੰ ਦੱਸੋ ਵੀ 640 ਜਾਂ 85, ਇਹਨਾਂ ਵਿੱਚੋਂ ਤੁਹਾਨੂੰ ਰੂਸੀ ਕਿਉਂ ਪਸੰਦ ਹੈ? ਰੂਸੀ ਜੀ ਕਿੰਨਾ ਕੰਮਾਂ 'ਤੇ ਵਾਧੂ ਹੈ, ਕੰਮਾਂ 'ਚ ਜ਼ਿਆਦਾ ਬੈਸਟ ਹੈ ਅਤੇ ਡੀਜ਼ਲ ਦੇ ਮਾਮਲੇ 'ਚ ਡੀਜ਼ਲ ਵੀ ਘੱਟ ਪੀਂਦਾ ਹੈ। ਇਹ ਕਿਹੜਾ ਮਾਡਲ ਹੈ ਜਿਹੜਾ ਹੁਣ? 7 ਮਾਡਲ ਹੈ, 2007 ਮਾਡਲ ਹੈ। ਇਹਨੂੰ ਕਿੰਨੇ ਸਾਲ ਹੋ ਗਏ ਤੁਹਾਡੇ ਕੋਲ? ਮੇਰੇ ਕੋਲ ਹੋ ਗਏ ਜੀ ਇਹਨੂੰ ਤਕਰੀਬਨ 3 ਸਾਲ। 3 ਸਾਲ ਹੋ ਗਏ ਨੇ। ਉਸ ਵੇਲੇ ਕਿੰਨੇ ਦਾ ਆਪਾਂ ਲਿਆ ਸੀ? ਉਸ ਟਾਈਮ 11,30,000। 11,30,000 ਦਾ, ਅਤੇ ਇਸ ਟਾਈਮ ਵੀ ਮੇਰਾ ਅੰਦਾਜ਼ਾ 27-28 ਲੱਖ ਦਾ ਹੋਵੇਗਾ। ਹਾਂਜੀ ਬਿਲਕੁਲ, ਇੰਨਾ ਹੀ ਹੈ ਨਾ, ਕਿਉਂਕਿ ਟਰੈਕਟਰ ਨਵਾਂ 64-65 ਲੱਖ ਦਾ ਹੋ ਗਿਆ। ਅਤੇ ਇਹ ਜਿਹੜਾ ਪਿੱਛੇ ਡਿੱਗਰ ਹੈ, ਹਾਂਜੀ, ਇਹ ਕਿਰਾਏ 'ਤੇ ਚਲਾਉਂਦੇ ਹੋ? ਬਿਲਕੁਲ ਜੀ ਕਿਰਾਏ 'ਤੇ। ਅਤੇ ਕਿੰਨਾ ਕਿਰਾਇਆ ਲੈਂਦੇ ਪਏ ਹੋ? ਕਿਰਾਇਆ ਜੀ 5,000 ਰੁਪਈਆ ਲੈਂਦੇ ਪਏ ਕਟਾਈ ਆਲੂਆਂ ਦੀ ਕਿੱਲੇ ਦੀ। ਸਿੰਗਲ ਦੇ? ਹਾਂਜੀ। ਕਿ ਡਬਲ ਹੈ? ਨਹੀਂ ਜੀ ਸਿੰਗਲ। ਸਿੰਗਲ ਸਿੰਗਲ ਹੈ। ਅਤੇ ਡੀਜ਼ਲ ਕਿੰਨਾ ਪੀ ਜਾ ਸੀ? ਡੀਜ਼ਲ ਪੀ ਜਾ ਸੀ ਤਕਰੀਬਨ ਜੀ 2,500-2,000 ਦਾ। 2,000-2,500 ਦਾ ਪੀ ਜਾ ਸੀ? ਅਤੇ ਇੱਕ ਘਾਟਾ ਫੇਰਿਆਂ ਦਾ ਹੋ ਜਾਂਦਾ ਇਹ ਸੀਜ਼ਨ ਵਿੱਚ, ਵੱਡਾ ਹੁੰਦਾ ਕੁਛ ਡੇਲਾ ਹੁੰਦਾ। ਇਹ ਸੀਜ਼ਨ ਵਿੱਚ ਟੋਟਲ ਕਿੰਨੇ ਮਤਲਬ ਆਪਾਂ ਪਟਾਈ ਕੀਤੀ ਹੈ, ਕਿੰਨੇ ਏਕੜ ਪੱਟੇ ਨੇ? ਮੈਂ ਤਕਰੀਬਨ ਜੀ 45 ਕਿੱਲੇ 'ਤੇ ਹੋਣਾ ਪੜੀ। 45 ਕਿੱਲਾ ਪੱਟਿਆ ਹੈ ਜੀ। ਅਤੇ ਇਹ ਮੈਨੂੰ ਦੱਸੋ 45 ਕਿੱਲਾ ਪੱਟ ਲਿਆ ਹੈ ਅਤੇ ਡਿਸਕਾਂ ਵੀ ਕਿਰਾਏ 'ਤੇ ਚਲਾਉਂਦੇ ਹੋ? ਜੀ ਡਿਸਕਾਂ ਵੀ ਚਲਾਉਂਦੇ। ਅਤੇ ਉਹਦੇ ਵਿੱਚ ਉਹਦਾ ਕਿੰਨਾ ਕਿਰਾਇਆ ਲੈਂਦੇ ਹੋ? ਉਹਦਾ ਕਿਰਾਇਆ ਜੀ 2,500 ਰੁਪਈਆ। ਅਤੇ ਹੱਲ ਦਾ? ਹੱਲ ਦਾ 1,800 ਰੁਪਈਆ। ਹੱਲ ਦਾ 1,800? ਹਾਂਜੀ। ਅਤੇ ਦਿਨ ਰਾਤ ਕੰਮ ਕਰਦੇ ਹੋ ਜੀ? ਲੱਭ ਜਾਵੇ ਤਾਂ ਮੁੜ, ਦਿਨ ਭਰ ਰਾਤ ਨਾ ਲੱਭੇ ਤਾਂ ਮੁੜ ਖੜੇ ਰਹਿੰਦੇ। ਡਬਲ ਡਰਾਈਵਰ ਹੈ ਰੂਸੀ ਦਾ ਜਾਂ ਇਕੱਲਾ? ਇਕੱਲਾ ਜੀ, ਇਕੱਲਾ ਹੁੰਦਾ ਜੀ। ਅਤੇ ਮੁਤਮਿਨ ਹੋ? ਬਾਕੀ ਕਿਸਾਨਾਂ ਨੂੰ ਕੀ ਮਸ਼ਵਰਾ ਦਿਓ ਵੀ ਰੂਸੀ ਲਓ? ਰੂਸੀ ਬਿਹਤਰ ਹੈ, ਕੁਝ ਬਿਹਤਰ ਹੈ। 85 ਆਦੀ ਜਗ੍ਹਾ 'ਤੇ ਚੰਗਾ ਹੈ, ਇਹ ਵੀ ਉਹ ਮਾੜਾ ਹੈ। ਸਹੀ, ਰੂਸੀ ਆਦੀ ਜਗ੍ਹਾ 'ਤੇ ਰੂਸੀ ਦੇ ਟਾਇਰ ਨਹੀਂ ਬਦਲਣੇ ਪੈਂਦੇ, ਅਗਾਂ ਵਾਧਾ ਘਾਟਾ ਨਹੀਂ ਕਰਨਾ ਪੈਂਦਾ। ਮਤਲਬ ਟਾਇਰ ਪਟਾਈ 'ਤੇ ਵੀ ਕਿਰਾਈ 'ਤੇ ਵੀ ਬਦਲਣੇ ਪੈਂਦੇ ਨੇ। ਮਤਲਬ ਜਦੋਂ ਆਲੂ ਦੀ ਬਿਜਾਈ ਹੁੰਦੀ ਹੈ ਜਾਂ ਮੱਕੀ ਲੱਗਦੀ ਹੈ, ਉਦੋਂ ਟਰਾਲੇ 'ਤੇ ਵੀ ਕੁਝ ਇਹਦੀ ਪਤਲੇ ਟਾਇਰਾਂ ਦੀ ਲੋੜ ਹੁੰਦੀ ਹੈ। ਹਾਂਜੀ। ਅਤੇ ਇਹ ਟਰਾਲੇ 'ਤੇ ਵੀ ਬੈਸਟ ਹੈ? ਹਾਂਜੀ। ਹਰ ਡਿਸਕਾਂ 'ਤੇ ਵੀ ਬੈਸਟ ਹੈ? ਮਤਲਬ ਹਰ ਫਨ ਮੌਲਾ ਹੈ, ਵਧੀਆ ਟਰੈਕਟਰ ਹੈਗਾ। ਅਤੇ ਮੁਤਮਿਨ ਹੋ? ਤੈਨੂੰ ਕਿਹੜੇ ਗੇਅਰ ਚਲਾਓਗੇ ਹੁਣ? ਹੁਣ ਜੀ ਮੈਂ ਦੂਸਰੇ ਗੇਅਰ, ਦੂਜੇ ਗੇਅਰ ਚਲਾਓਗੇ? ਚਲੋ ਚਲਾ ਕੇ ਵਿਖਾਓ ਸਾਨੂੰ। ਅਤੇ ਦੋਸਤੋ ਨੂਰਾ ਬਾਈ ਜਿਹੜੇ ਹੈਗੇ ਨੇ ਉਹ ਜਿਵੇਂ ਕਹਿੰਦੇ ਨੇ ਜਦੋਂ ਲੋੜ ਹੋਵੇ ਤਾਂ ਉਦੋਂ ਨੂਰ ਮੁਹੰਮਦ, ਅਤੇ ਜਦੋਂ ਮਤਲਬ ਨਾ ਹੋਵੇ ਉਦੋਂ ਨੂਰਾ। ਇਹ ਸਾਡੇ ਨੂਰ ਬਾਈ ਹੈਗੇ ਨੇ ਜਨਾਬ, ਕਿਰਾਏ 'ਤੇ ਕੰਮ ਕਰਦੇ ਨੇ ਸਾਡੇ ਇਲਾਕੇ 'ਚ ਅਤੇ ਬਹੁਤ ਵਧੀਆ ਕਰਦੇ ਨੇ ਮਾਸ਼ਾਅੱਲਾ। ਹੈਲੋ ਹੈਲੋ, ਆਓ ਹੁਣ ਤੁਹਾਨੂੰ ਵਿਖਾਈਏ ਬਲਾਰਸ ਦੀ ਪਰਫਾਰਮੈਂਸ ਮਾਸ਼ਾਅੱਲਾ।
ਆਲੂ ਆ ਜਨਾਬ ਸੈਂਟਾ ਮਾਸ਼ਾਅੱਲਾ ਜ਼ਬਰਦਸਤ ਨਿਕਲਦਾ ਵੀ ਹੈ। ਕਿਸੇ ਕਿਸਮ ਦਾ ਕੋਈ ਲੋਡ ਛੋਡ ਨਹੀਂ ਹੈਗਾ ਦੋਸਤੋ। ਜ਼ਬਰਦਸਤ ਬਲਾਰਸ ਸ਼ਹਿਜ਼ਾਦਾ, ਵਾਕਿਆ ਰੂਸੀ ਸ਼ਹਿਜ਼ਾਦਾ ਹੈ ਬਾਈ। ਇਹਨੂੰ ਇੰਜ ਨਹੀਂ ਕਹਿੰਦੇ ਸਨ, ਜੰਗਲ ਦਾ ਬਾਦਸ਼ਾਹ। ਅਤੇ ਹੁਣ ਮੈਂ ਆਪਣੇ ਵੀਰ ਭਰਾਵਾਂ ਤੋਂ ਲੈਣਾ ਇਜਾਜ਼ਤ, ਪਰਫਾਰਮੈਂਸ ਤੁਸੀਂ ਵੇਖ ਲਈ ਹੈ। ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ, ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।